ਕੋਆ ਉਸ ਕਦੇ ਕੰਦ ਪਾਏ ਕਿਆ ਤੁਸੀਂ ਬਹੁਤ ਸਹੀ ਆ ਹਨ ਗਾਂਡੂ ਜੇ ਲੋਕ ਤੁਸੀਂ ਨਾ ਮਹੀਨੇ ਦਾ 2 ਲੱਖ ਮੇਰੇ ਅਕਾਊਂਟ ਚ ਪਾ ਦਿਆ ਕਰੋ ਮੈਂ ਆਪਣਾ ਅਕਾਊਂਟ ਡਿਲੀਟ ਕਰਦੀ ਹਾਂ ਮੇਰਾ ਬਾਤਾ ਸਟਾਮਪ ਪੇਪਰ ਤੇ ਲਿਖਾ ਦੋ ਯਾਰ ਮੇਰੀ ਚੋਇਸ ਹੈ ਤੁਸੀਂ ਕੀ ਪਹਿਚਾਣ ਨਾ ਨਹੀਂ ਉੱਥੇ ਸੁਣਦੇ ਹੋ ਮੇਥੋਂ ਗੱਲ ਮੈਂ ਕੋਈ ਹੋਰ ਲੋਕ ਆ ਜਿਹੜੇ ਛੱਤਰ ਖਾ ਕੇ ਮਾਫੀਆ ਮਗਲੇ ਮੈਂ ਇਕੱਲੇ ਇਕੱਲੇ ਦੀ ਮਾਰਨੀ ਆ ਟਕਾ ਕੇ ਜੀ ਹਾਂ ਪਹਿਚਾਣਿਆ ਤੁਸੀਂ ਇਹ ਹੈ ਜਸਨੀਤ ਕੋਰ ਇੰਸਟਾਗ੍ਰam ਫੇਸਬੁੱਕ ਤੇ ਇੱਕ ਪ੍ਰਸਿੱਧ ਕੁੜੀ ਜੋ ਕਾਫੀ ਗੁੱਸੇ ਦੇ ਵਿੱਚ ਇਸ ਕਰਕੇ ਦਿਖਾਈ ਦੇ ਰਹੀ ਹੈ ਕਿ ਡੀਐਕਐਕਐਕ ਦੀ ਕਟਮਾਰ ਤੋਂ ਬਾਅਦ ਕੁਝ ਲੋਕ ਜਸਨੀਤ ਕੌਰ ਨੂੰ ਸੋਸ਼ਲ ਮੀਡੀਆ ਤੇ ਕਮੈਂਟ ਕਰਦੇ ਸੀ ਜਿਹੜੇ ਬਕਵਾਸ ਕਰਦੇ ਮੇਰੇ ਪ੍ਰਤੀ ਮੇਰਾ ਨਾਮ ਲੈ ਲੈ ਕੇ YouTube ਤੇ ਫੇਮ ਹਾਸਲ ਕਰ ਰਹੇ ਉਹਨਾਂ ਦੇ YouTube ਚੈਨਲ ਤੇ ਮੈਂ ਐਸੇ ਕਲੇਮ ਮਾਰਨੇ ਆ 2-3 ਦਿਨਾਂ ਦੇ ਵਿੱਚ ਵਿੱਚ ਨਾਲੇ ਉਹਨਾਂ ਦੇ YouTube ਉੱਡਣੇ ਆ ਤੇ ਨਾਲੇ ਉਹਨਾਂ ਦਾ ਉਹ ਹਾਲ ਹੋਣਾ ਨਾ ਉਹ ਜ਼ਿੰਦਗੀ ਦੀ ਯਾਦ ਰੱਖਾਂਗੇ ਹੋਰ ਹੀ ਹੋਣਿਆ ਯਾਰ ਜਿਹੜੇ ਛੱਤਰ ਖਾਗੇ ਯਾਰ ਮੇਰੀ ਲਾਈਫ ਹੈ ਪਰਸਨਲ ਲਾਈਫ ਮੈਂ ਕੁਛ ਮਰਜ਼ੀ ਕਰਾਂ ਯਾਰ ਮੇਰੀ ਚੋਇਸ ਹੈ ਤੂੰ ਹੀ ਕਿ ਭੈਡਾ ਨਾ ਨਹੀਂ ਉੱਥੇ ਸੁਣਦੇ ਹੋ ਮੇਥੋਂ ਗਾਣਾ ਜੋ ਵੀ ਮੇਰੇ ਖਿਲਾਫ ਬੋਲੂਗਾ ਮੇਰੀ ਪਰਸਨਲ ਲਾਈਫ ਆ ਤੁਹਾਨੂੰ ਕਿਸੇ ਨੇ ਕੋਈ ਹੱਕ ਨਹੀਂ ਦਿੱਤਾ ਕਿਸੇ ਦੀ ਕੁੜੀ ਨੂੰ ਜੱਜ ਕਰਨ ਦਾ ਠੀਕ ਹੈ ਵੈਸੇ ਇੰਡੀਆ ਲੋਕਾਂ ਨੂੰ ਹਕਲ ਹੈ ਨਹੀਂ ਦੂਸਰੀ ਗੱਲ ਮੈਂ ਕੋਈ ਹੋਰ ਲੋਕ ਆ ਜਿਹੜੇ ਛੱਤਰ ਖਾਗੇ ਮਾਫੀ ਮੰਗ ਲੈ ਮੈਂ ਕੱਲੇ-ਕੱਲੇ ਦੀ ਮਾਰਨੀ ਆ ਟਕਾ ਕੇ ਜੀ ਨਹੀਂ ਕਿ ਮਰਵਾਣੀ ਆ ਤਾਂ ਆਜੋ ਐਸਾ ਜਲੂਸ ਕੱਢਣਾ ਤੁਸੀਂ ਯਾਰ ਤੁਸੀਂ ਕਿਸੇ ਤੇ ਵੀਡੀਓ ਪਾਉਣੀ ਭੁੱਲ ਜਾਓਗੇ ਹੋਰ ਦੱਸੋ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਚੰਗੀ ਤਰ੍ਹਾਂ ਫੇਮ ਮੈਂ ਦਵਾਂ ਹੁਣ ਹਨਾ ਤੁਸੀਂ ਮੈਂ ਦਿੰਨੀ ਆ ਤੁਹਾਨੂੰ ਐਡਰੈਸ ਆਓ ਮਿਲੋ ਫਿਰ ਮੈਂ ਤੁਹਾਨੂੰ ਦੱਸ ਦਿਆਂ ਕਿ ਕੀ ਬਣਦਾ ਸਾਲੇ ਫੁੱਦੂ ਯਾਰ ਐਵੇਂ ਮਜ਼ਾਕ ਸਮਝ ਰਖਿਆ ਤੁਸੀਂ ਤੇ ਥਾਂ ਦੇ ਕੁੱਤੇ ਆਓ ਤਾਂ ਸਹੀ ਤੁਹਾਨੂੰ ਮੈਂ ਦੱਸ ਦਿਆਂ ਫਿਰ ਕਿਦਾਂ ਐ ਜਿਹੜੇ ਫालतू ਬਕਵਾਸ ਕਰਦੇ ਆ ਨਾ ਗਸਤੇ ਜਿੱਤੇ ਗਸਤੀਆਂ ਬਕਵਾਸ ਕਰਦੇ ਗੰਦ ਪਾਏ ਕਈ ਅਸੀਂ ਬਹੁਤ ਸਹੀ ਆ ਹਨਾ ગાંડੂ ਜੇ ਲੋਗ ਤੁਸੀਂ ਨਾ ਮਹੀਨੇ ਦਾ 2 ਲੱਖ ਮੇਰੇ ਅਕਾਊਂਟ ਚ ਪਾ ਦਿਆ ਕਰੋ ਮੈਂ ਆਪਣਾ ਅਕਾਊਂਟ ਡਿਲੀਟ ਕਰ ਦਿਆਂ ਮੇਰਾ ਬਾਤਾ ਸਟੈਂਪ ਪੇਪਰ ਤੇ ਲਿਖਾ ਦੋ ਗਾંડੂਓ ਸਾਲਿਓ ਆਪ ਤਾਂ ਤੁਹਾਤੋਂ ਕੁਝ ਹੁੰਦਾ ਨਹੀਂ ਦੂਸਰੇ ਨੂੰ ਵੀ ਨਹੀਂ ਕੁਝ ਕਰਨ ਤੇ ਜਿਨੇ ਵੀ ਆਣਾ ਨਾ ਫਾਲਤੂ ਲੋਕਾਂ ਨੇ ਤਾਂ ਬਹੁਤ ਮਜੇ ਲੈਲੇ ਮੇਰੇ ਅਕਾਊਂਟ ਤੇ ਆਉ ਮੈਂ ਸਾਰਿਆਂ ਦੀ ਹੁਣ ਬਹੁਤ ਹੋ ਗਏ ਯਾਰ ਬਹੁਤ ਫਾਲਤੂ ਲੋਕ ਬਗਵਾਸ ਕਰੀ ਯਾਰੇ ਮੈਂ ਨੇ ਟਾਈਮ ਦੀ ਚੁੱਪ ਬਣੀ ਤੁਸੀਂ ਸਮਝ ਕੀ ਰੱਖਿਆ ਕਮਜ਼ੋਰ ਸਮਝ ਰੱਖਿਆ ਵਕੀਲ ਨਾ ਬਰਾਬਰ ਖੜਾਉ ਜਦੋਂ ਰਿਪੋਰਟ ਹੁੰਦੀ ਹੈ ਨਾ ਟਕਾ ਕੇ ਬਾੜਦੀ ਹੈ ਬਕਵਾਸ ਕਰੀ ਜਾਂ ਨੂ ਯਾਰ ਹਰ ਇੱਕ ਬੰਦੇ ਦੀ ਪਰਸਨਲ ਲਾਈਫ ਹੈ ਕੀ ਕਹਿੰਨੇ ਹੋ ਲੋਕਾਂ ਨੇ ਖੋ ਆ ਕੇ ਤੁਹਾਡੀ ਭੈਣ ਦੀ ਤੇ ਸਾਲੇ ਦੱਲੇ ਕਿਸੇ ਥਾਂ ਦੇ ਤਮਾਕਹਰਾਬ ਕੀਤਾ ਪਿਆ ਵੀਡੀਓ ਦੇਖ ਦੇ ਕਿ ਮੈਂ ਤੁਸੀਂ ਕੀ ਲੈਣਾ ਅਨਫੋਲੋ ਕਰੋ ਬਕਵਾਸ ਕਰਦੇ ਆ ਉਹ ਤਾਂ ਸਹੀ ਤੁਹਾਨੂੰ ਮੈਂ ਦੱਸੂ ਹੁਣ ਕੀ ਚੀਜ਼ ਹੁੰਦੀ ਹੈ ਕਾਨੂੰਨ ਸਾਲੇ ਕੁੱਤੇ ਉਹਨੂੰ ਕਰਤਾ ਉਹਨੂੰ ਕਰਤਾ ਤੁਹਾਨੂੰ ਮੈਂ ਦੱਸੂ ਹੁਣ ਕੀ ਕੌਂਟਰੋਵਰਸੀ ਕੀ ਹੁੰਦੀ ਹੈ ਜਿਹੜੇ ਬਕਵਾਸ ਕਰਦੇ ਮੇਰੇ ਪ੍ਰਤੀ ਮੇਰਾ ਨਾਮ ਲੈ ਲੈ ਕੇ YouTube ਤੇ ਫੇਮ ਹਾਸਿਲ ਕਰ ਰਹੇ ਉਹਨਾਂ ਦੇ YouTube ਚੈਨਲ ਤੇ ਮੈਂ ਐਸੇ ਕਲੇਮ ਮਾਰਨੇ ਆ 2-3 ਦਿਨਾਂ ਦੇ ਵਿੱਚ ਵਿੱਚ ਨਾਲੇ ਉਹਨਾਂ ਦੇ YouTube ਉੱਡਣੇ ਆ ਤੇ ਨਾਲੇ ਉਹਨਾਂ ਦਾ ਉਹ ਹਾਲ ਹੋਣਾ ਉਹ ਜ਼ਿੰਦਗੀ ਜੀ ਯਾਦ ਰੱਖਣਗੇ ਹੋਰ ਹੀ ਹੋਣੇ ਆ ਯਾਰ ਜਿਹੜੇ ਛੱਤਰ ਖਾਗੇ ਯਾਰ ਮੇਰੀ ਲਾਈਫ ਹੈ ਪਰਸਨਲ ਲਾਈਫ ਮੈਂ ਕੁਝ ਮਰਜ਼ੀ ਕਰਾਂ ਯਾਰ ਮੇਰੀ ਚੋਇਸ ਹੈ ਤੁਸੀਂ ਕੀ ਭੈ ਜਦੋਂ ਬਣਾ ਨਹੀਂ ਉੱਥੇ ਸੁਣਦੇ ਹੋ ਮੇਥੋਂ ਗੱਲ ਜੋ ਵੀ ਮੇਰੇ ਖਿਲਾਫ ਬੋਲੂਗਾ ਮੇਰੀ ਪਰਸਨ ਲਾਈਫ ਆ ਤੁਹਾਨੂੰ ਕਿਸੇ ਨੇ ਕੋਈ ਹੱਕ ਨਹੀਂ ਦਿੱਤਾ ਕਿਸੇ ਦੀ ਕੁੜੀ ਨੂੰ ਜੱਜ ਕਰਨ ਦਾ ਠੀਕ ਹੈ ਵੈਸੇ ਇੰਡੀਆ ਲੋਕਾਂ ਨੂੰ ਅਕਲ ਹੈ ਨਹੀਂ ਦੂਸਰੀ ਗੱਲ ਮੈਂ ਕੋਈ ਹੋਰ ਲੋਕ ਆ ਜਿਹੜੇ ਛੱਤਰ ਖਾ ਕੇ ਮਾਫੀ ਮੰਗ ਲੈ ਮੈਂ ਇਕੱਲੇ ਇਕੱਲੇ ਦੀ ਮਾਰਨੀ ਆ ਟਕਾ ਕੇ ਜਿਹਨੇ ਕਿ ਮਰਵਾਣੀਆਂ ਤਾਂ ਆਜੋ ਐਸਾ ਜਲੂਸ ਕੱਢਣਾ ਤੁਸੀਂ ਯਾ ਤੁਸੀਂ ਕਿਸੇ ਤੇ ਵੀਡੀਓ ਪਾਉਣੀ ਭੁੱਲ ਜਾਓਗੇ ਹੋਰ ਦੱਸੋ ਤੁਹਾਨੂੰ ਕੀ ਚਾਹੀਦਾ ਤੁਹਾਨੂੰ ਚੰਗੀ ਤਰ੍ਹਾਂ ਫੇਮ ਮੈਂ ਦਵਾਂ ਹੁਣ ਹਨਾ ਤੁਸੀਂ ਮੈਂ ਦਿੰਨੀ ਆ ਤੁਹਾਨੂੰ ਐਡਰੈਸ ਆਓ ਮਿਲੋ ਫਿਰ ਮੈਂ ਤੁਹਾਨੂੰ ਦੱਸ ਦਿਆਂ ਕਿ ਕੀ ਬਣਦਾ ਸਾਲੇ ਫੁੱਦੂ ਇਰੇ ਐਵੇਂ ਮਜ਼ਾਕ ਸਮਝ ਰਖਿਆ ਤੁਸੀਂ ਤੇ ਥਾਂ ਦੇ ਕੁੱਤੇ ਆਓ ਤਾਂ ਸਹੀ ਤੁਹਾਨੂੰ ਮੈਂ ਦੱਸਦੀਆਂ ਫਿਰ ਕਿਦਾਂ ਐ ਜਿਹੜੇ ਫालतू ਬਕਵਾਸ ਕਰਦੇ ਹਨ ਗਸਤੇ ਜਿੱਤੇ ਗਸਤੀਆਂ ਬਕਵਾਸ ਕਦੇ ਗੰਦ ਪਾਏ ਕਈ ਅਸੀਂ ਬਹੁਤ ਸਹੀ ਆ ਹਨਾ ਗਾਂਡੂ ਜੇ ਲੋਕ ਤੁਸੀਂ ਨਾ ਮਹੀਨੇ ਦਾ 2 ਲੱਖ ਮੇਰੇ ਅਕਾਊਂਟ ਚ ਪਾ ਦਿਆ ਕਰੋ ਮੈਂ ਆਪਣਾ ਅਕਾਊਂਟ ਡਿਲੀਟ ਕਰਦੀ ਹਾਂ ਮੇਰਾ ਵਾਦਾ ਸਟੈਂਪ ਪੇਪਰ ਤੇ ਲਿਖਾ ਦੋ ਗਾਂਡੂਓ ਸਾਲਿਓ ਆਪ ਤਾਂ ਤੁਹਾਤੋਂ ਕੁਝ ਹੁੰਦਾ ਨਹੀਂ ਦੂਸਰੇ ਨੂੰ ਵੀ ਨਹੀਂ ਕੁਝ ਕਰਨ ਤੇ ਜਿਨੇ ਵੀ ਆਣਾ ਨਾ ਫਾਲਤੂ ਲੋਕਾਂ ਨੇ ਤਾਂ ਬਹੁਤ ਮਜ਼ੇ ਲੈਲੇ ਮੇਰੇ ਅਕਾਊਂਟ ਤੇ ਆਓ ਮੈਂ ਸਾਰੇ ਹੁਣ ਬਹੁਤ ਹੋ ਗਏ ਯਾਰ ਬਹੁਤ ਫालतू ਲੋਕ ਬਕਵਾਸ ਕਰੀ ਯਾਰੇ ਮੈਨੇ ਟਾਈਮ ਦੀ ਚੁੱਪ ਬਣੀ ਤੁਸੀਂ ਸਮਝ ਕੀ ਰੱਖਿਆ ਕਮਜ਼ੋਰ ਸਮਝ ਰੱਖਿਆ ਵਕੀਲ ਨਾ ਬਰਾਬਰ ਖੜਾ ਉਹ ਜਦੋਂ ਰਿਪੋਰਟ ਹੁੰਦੀ ਹੈ ਨਾ ਟਕਾ ਕੇ ਬਾੜਦੀ ਹੈ ਬਕਵਾਸ ਕਰੀ ਜਾਂਦੀ ਹਰ ਇੱਕ ਬੰਦੇ ਦੀ ਪਰਸਨਲ ਲਾਈਫ ਹੈ ਕੀ ਕਹਿੰਨੇ ਹੋ ਲੋਕਾਂ ਨਾ ਖੋ ਆ ਕੇ ਤੁਹਾਡੀ ਭੈਣ ਦੀ ਤੇ ਸਾਲੇ ਦੱਲੇ ਕਿਸੇ ਥਾਂ ਦੇ ਤਮਾਕਹਰਾਬ ਕੀਤਾ ਪਿਆ ਵੀਡੀਓ ਦੇਖ ਦੇ ਕਿ ਮੈਂ ਤੁਸੀਂ ਕੀ ਲੈਣਾ ਅਨਫੋਲੋ ਕਰੋ ਬਕਵਾਸ ਕਰਦੇ ਆਓ ਤਾਂ ਸਹੀ ਤੁਹਾਨੂੰ ਮੈਂ ਦੱਸੂ ਹੁਣ ਕੀ ਚੀਜ਼ ਹੁੰਦੀ ਹੈ ਕਾਨੂੰਨ ਸਾਲੇ ਕੁੱਤੇ ਉਹਨੂੰ ਕਰਤਾ ਉਹਨੂੰ ਕਰਤਾ ਤੁਹਾਨੂੰ ਮੈਂ ਦੱਸੂ ਹੁਣ ਕੀ ਕੌਂਟਰੋਵਰਸੀ ਕੀ ਹੁੰਦੀ ਹੈ